ਅਸਲਾਮ ਵਾਲੇਕੁਮ ਜੀ, ਵੈਲਕਮ ਕਰ ਰਹੇ ਹਾਂ ਸਾਰੇ ਭਰਾਵਾਂ ਨੂੰ ਆਪਣੇ ਨਿਊ ਵਲੌਗ ਦੇ ਵਿੱਚ। ਅਤੇ ਮਹੀਨਾ ਆ ਗਿਆ ਮਈ ਦਾ ਅਤੇ ਕਣਕ ਦੀ ਇੱਕ ਕਟਾਈ ਨਹੀਂ ਪੂਰੀ ਹੋਈ, ਕਿਉਂ ਬਾਰਿਸ਼ਾਂ ਨੇ ਪਹਿਲੇ ਬੜਾ ਤੰਗ ਕੀਤਾ ਸੀ। ਉੱਤੋਂ ਖਬੀਸ ਹਕੂਮਤ ਨੇ ਬੜਾ ਤੰਗ ਕੀਤਾ, ਜਿਹੜੀ ਕਣਕ ਕਟਾਈ ਹੁੰਦੀ ਆ ਅਗਵਾੜ 'ਤੇ ਚੁੱਕਦੇ ਨੇ, ਬੇਕੋ 2500 ਰੇਟ ਦੱਸਦਾ ਅਤੇ ਕੋਈ 2600 ਦੇ ਦੱਸਦਾ। ਸਾਡੇ ਜ਼ਿਮੀਂਦਾਰਾਂ ਵਾਸਤੇ ਤਾਂ ਬਣ ਗਈ ਜਲਾਲਤ, ਅਤੇ ਜਲਾਲਤ ਵੀ ਬਹੁਤ ਹੀ, ਹੁਣ ਕੀ ਕਰੀਏ, ਕਿਹੜੇ ਪਾਸੇ ਜਾਈਏ, ਨਾ ਰੱਖਣ ਜੋਗੇ ਅਤੇ ਨਾ ਛੱਡਣ ਜੋਗੇ। ਜਿਹੜੀ ਬੀਜ ਲਈ ਦੀ ਆ, ਖਰਚੇ ਤਾਂ ਪੂਰੇ ਕਰਨੇ ਹੀ ਨਾ ਕਿਸੇ ਪਾਸਿਓਂ। ਅਤੇ ਹੁਣ ਗਰਮੀ ਦੇਖੋ ਉੱਤੋਂ ਜੀ, ਜਾਨਵਰ ਬੰਨੇ ਜਾਂ ਇੱਧਰ, ਹੁਣ ਜਲਾਲਤ ਮਸ਼ੀਨਾਂ ਵਾਲਿਆਂ ਪਿੱਛੇ, ਪੜੋਲਿਆਂ ਵਾਲਿਆਂ ਪਿੱਛੇ, ਜਿਨ੍ਹਾਂ ਕੋਲੋਂ ਕਣਕ ਵਢਾਉਣੀ ਆ। ਚੱਲਣੇ ਆ ਤੁਹਾਨੂੰ ਉਹਨਾਂ ਦੀ ਵੀ ਜਲਾਲਤ ਦਿਖਾਉਂਦੇ ਹਾਂ, ਅਤੇ ਜਿਹੜੇ ਵਾਢੇ ਲਾਏ ਨੇ ਉਹਨਾਂ ਕੋਲ ਵੀ ਜਲਾਲਤ 6 ਮਨ ਦੇ ਫੀ ਏਕੜ ਦੇ ਹਿਸਾਬ ਨਾਲ ਲਾਏ ਜੇ, ਉਹ ਵੀ ਨਖਰੇ ਕਰ ਕਰ ਵੱਢਣ ਡੇ ਜੇ। ਜ਼ਿਮੀਂਦਾਰ ਗਰੀਬ ਇੱਥੇ ਕੀ ਕਰੇ, ਦੱਸੋ ਤੁਸੀਂ। ਉੱਤੋਂ ਜ਼ਲੀਲ ਹਕੂਮਤ ਹੈ ਆ, ਅਤੇ ਦੇਖਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ, ਜਾ ਕੇ ਮਸ਼ੀਨਾਂ ਵਾਲਿਆਂ ਦੇ ਨਖਰੇ ਦੇਖੋ ਤੁਸੀਂ ਕੀ ਕਹਿੰਦੇ ਨੇ। ਸਾਡਾ ਇੱਕ ਵੀਰ ਜੀ ਵਾਲ ਜ਼ਿਮੀਂਦਾਰ, ਵਾਲ ਭਰਾ ਟਰੈਕਟਰ ਵਾਲਾ, ਇਹ ਗਾਜ਼ੀ ਟਰੈਕਟਰ ਦੇ ਬਲੇਡ ਲਾਇਆ ਤਾਂ ਵਾਲ, ਕੀ ਹਾਲ ਹੈ? ਠੀਕ ਹੈ। ਕੰਮਾਂ ਕੁੰਮਾਂ ਦੀ ਕੀ ਸੂਰਤ ਹਾਲ ਹੈ? ਕੰਮ ਠੀਕ ਹੈ। ਕੀ ਖਰਚਾ ਖੁਰਚਾ ਬੱਚੇ ਤੋਂ ਹੀ ਨਹੀਂ, ਜਾਂ ਕੋਈ ਮੰਗਿਆ ਹੀ ਨਹੀਂ, ਜਾਣਕਾਰੀ ਛੱਡੀ ਹੈ? ਮੰਗਿਆ ਹੀ ਨਹੀਂ ਛੱਡੀ। ਅਤੇ ਜ਼ਿਮੀਂ 2700-2800 ਰੇਟ ਜੇ, ਅਤੇ ਠੇਕੇ 'ਤੇ ਕਿੰਨੀ ਪੈਲੀ ਲਈ ਦੀ? ਠੇਕੇ ਜੇ 7 ਕਿੱਲੇ। 7 ਕਿੱਲੇ ਲਈ ਦੀ, ਅਤੇ ਕੀ ਮਾਨ ਕੀ ਨਿਕਲੀ ਐਵਰੇਜ? ਕੋਈ 35-40। 35-40 ਤਾਂ ਕੀ ਬਚਣਾ ਗਰੀਬ ਨੂੰ, ਕਿੰਨਾ ਖਰਚਾ ਆ ਗਿਆ ਸੀ ਕਿੱਲੇ 'ਤੇ? ਕਿੱਲੇ 'ਤੇ ਹੋ ਗਿਆ ਸੀ ਵੀਰੇ 60,000 ਰੁਪਇਆ। ਦੱਸੋ ਗੌਰਮੈਂਟ ਦੀ ਹੁਣ ਕੀ ਕਰਨਾ ਇਹਨੂੰ, ਇਸ ਗਜ਼ਲੀਲ ਗੌਰਮੈਂਟ ਨੂੰ ਕਰਨਾ ਕੀ ਹੈ ਜੀ? ਜ਼ਿਮੀਂਦਾਰਾਂ ਨਾਲ ਤਾਂ ਬੇੜਾ ਗਰਕ ਹੀ ਕਰ ਛੱਡਿਆ, ਗਲਾ ਹੀ ਘੋੜ ਛੱਡਿਆ, ਮਾਰ ਛੱਡਿਆ। ਐਡੀ ਗਰਮੀ 'ਚ ਗਰੀਬ ਲੱਗੇਦਾ ਇਹ ਟਰਾਲੀਆਂ ਭਰਨ, ਦੇਖੋ ਇਹਦਾ ਮੂੰਹ ਦੇਖੋ, ਸਹਿਮ ਨਹੀਂ ਆਉਂਦਾ ਇਹਦੇ 'ਤੇ, ਸਹਿਮ ਨਹੀਂ ਆਉਂਦਾ ਕਿਸੇ ਨੂੰ, ਹੈ ਕੋਈ ਬੰਦਾ ਇਹਦੇ ਸਹਿਮ ਨਹੀਂ ਕਰਦਾ, ਨਾ ਮਰੀਮ ਕਰਦੀ ਅਤੇ ਨਾ ਸ਼ਬਾਜ਼ ਸ਼ਰੀਫ ਕਰਦਾ। ਬੁਰਾ ਹਾਲ ਹੈ ਜੀ, ਇਹ ਤਾਂ ਸਾਡਾ ਇੱਥੇ ਪਾਕਿਸਤਾਨ ਦਾ ਹਾਲ ਹੈ। ਅੱਜ 42 ਟੈਂਪਰੇਚਰ ਗਰਮੀ ਹੈ, ਅਤੇ ਕੀ ਹਾਲ ਬਣਦਾ ਹੋਏਗਾ ਜੀ? ਵੀਰ ਜੀ ਆਪ ਪੁੱਜ ਗਏ ਜੇ ਢੋਲਿਆਂ ਵਾਲਿਆਂ ਕੋਲ, ਅਤੇ ਦੇਖ ਲਓ ਇਹਨਾਂ ਦਾ ਸਾਰੀ ਉਮਰ ਦਾ ਰੰਡੀ ਰੋਣਾ ਨਹੀਂ ਮੁੱਕਦਾ, ਜਿੱਥੇ ਜਾਓ ਉੱਥੇ ਹੱਥ ਪਾਈ ਹੁੰਦੀ ਹੈ, ਕੋਈ ਨਾ ਕੋਈ ਖਰਾਬੀ ਹੁੰਦੀ, ਪਹਿਲੇ ਪਈ ਹੁੰਦੀ ਹੈ, ਅੱਗੇ ਜਾਣਾ ਰੋਣਾ ਧੋਣਾ ਪਾਇਦਾ। ਇਹ ਤੀਸਰਾ ਜਦ ਘੁੰਮਾ ਗਿਆ ਵੀ ਖਰਾਬ ਖਲੋਤਾ ਪਿਆ ਜੇ ਇੱਥੇ, ਹੁਣ ਇਹ ਕਹਿ ਰਹੇ ਕੱਲ੍ਹ ਵੱਢਾਂਗੇ ਜੀ। ਦੇਖੋ ਹੁਣ ਜਲਾਲਤ ਹੀ ਆ ਕਿਸਾਨ ਵਾਸਤੇ, ਹੋਰ ਕੀ ਹੈ ਇੱਥੇ, ਮੇਰੀ ਜਲਾਲਤ ਹੈ। ਦੇਖੋ ਇਹ ਕੰਮ ਦੇਖੋ ਇਹਨਾਂ ਦੇ ਕਸਾਈਆਂ ਦੇ, ਇਹ ਮਸ਼ੀਨਾਂ ਵੀ ਕਾਹਦੀਆਂ, ਕੰਜਰੀ ਵਾਲਾ ਨਾਚ ਹੀ ਹੁੰਦਾ ਕ ਨਾਲ ਹੀ ਛੁਰੀਆਂ ਕਾਂਡੇ ਚੁੱਕੀ ਫਿਰੋ, ਕਿੱਥੇ ਇਹਦੀ ਕਬਰ ਕੱਢਣੇ ਪੈਣੀ ਹੈ? ਜੇ ਵੱਟ ਨਹੀਂ ਟੱਪੀ, ਕੋਈ ਬੰਨਾ ਨਹੀਂ ਟੱਪਿਆ, ਕੋਈ ਖਾਲ ਨਹੀਂ ਟੱਪਿਆ, ਇਹਦਾ ਜੇ ਕੱਟੀ ਕੱਟਾ ਇਹਨੇ ਕੱਢਿਆ ਹੀ ਕੱਢਿਆ, ਕੰਮ ਪੈ ਗਿਆ ਕੋਈ ਨਾ ਕੋਈ। ਹੁਣ ਜਿੱਥੇ ਨਹੀਂ ਉੱਥੇ ਛੁਰੀਆਂ ਕਾਂਟੇ ਨਾਲ ਹੀ ਚੁੱਕੀ ਫਿਰਨੇ ਹੁੰਦੇ ਨੇ। ਚਲੋ ਠੀਕ ਹੈ ਯਾਰ, ਅਤੇ ਉਹ ਬੰਨੇ ਵਾਲ ਡਿੱਗੀ ਡੁੱਗੀ ਦੀਆਂ ਚੁੱਕ ਲੈਂਦੀਆਂ ਨਾ ਮਸ਼ੀਨ। ਚਲੋ ਯਾਰ ਕੱਲ੍ਹ ਮੁੱਕ ਗਿਆ, ਕਿੰਨਾ ਟਾਈਮ ਲੱਗਣਾ ਤੁਹਾਡਾ ਹੁਣ? ਕੱਲ੍ਹ ਮੋਬਾਈਲ ਆਪਣਾ ਭਾਈ ਜੀ, ਇਹੋ ਜਿਹੇ ਦੌਰ 'ਚ ਤੇ ਗਰਮੀ 'ਚ ਕੋਈ ਜ਼ਿਮੀਂਦਾਰਾਂ ਕਰਨਾ ਕੋਈ ਆਸਾਨ ਕੰਮ ਨਹੀਂ, ਸਾਡੇ ਮਾੜੇ ਲੋਕਾਂ ਵਾਸਤੇ, ਜ਼ਿਮੀਂਦਾਰਾਂ ਵਾਸਤੇ ਤਾਂ ਜਲਾਲਤ ਹੀ ਬਣ ਜਾਂਦੀ ਹੈ। ਇਹ ਮਸ਼ੀਨਾਂ ਵਾਲਿਆਂ ਮਗਰ ਹੀ ਬੰਦਾ ਤੁਰ ਤੁਰ ਕੇ ਰੁਲ ਜਾਂਦਾ। ਇਹ ਕੋਈ 2 ਕਿਲੋਮੀਟਰ ਦੂਰ ਮੋਟਰਸਾਈਕਲ ਮੈਂ ਖਿਲਾਰ ਕੇ ਆਇਆ, ਅਤੇ ਇੱਥੇ ਚੱਕਰ ਲਾਇਆ ਗਰਮੀ 'ਚ, ਗਰਮੀ ਹੈ ਵੀ ਕਹਿਰਾਂ ਦੀ ਪੈਂਦੀ ਪਈ ਆ ਉੱਥੇ, ਕੀ ਬੰਦਾ ਕਰੇ। ਇੱਕ ਮਸ਼ੀਨ ਉਹ ਲੱਗੀ ਹੈ, ਉਹ ਸਾਹਮਣੇ ਨਜ਼ਰ ਆ ਰਹੀ ਜੇ, ਪਹਿਲੇ ਉਹਨਾਂ ਵੱਲ ਮੈਂ ਗਿਆ ਸਾਂ, ਉੱਥੋਂ ਚੱਕਰ ਕਰਕੇ ਉਹ ਮਕਾਨ ਜਿਹਾ ਡੇਰਾ ਬਣੇ ਦਾ ਲੱਭਦਾ ਪਿਆ ਤੁਹਾਨੂੰ, ਗੁਜਰਾਂ ਦਾ ਡੇਰਾ,
ਉੱਥੇ ਮੋਟਰਸਾਈਕਲ ਖੜਾ ਕੀਤਾ। ਹੁਣ ਉੱਥੇ ਤੁਰਦਿਆਂ ਜਾਣਾ ਫਿਰ, ਅਤੇ ਕਹਿ ਜੇ ਜਿਹੜੇ ਆਪਰੇਸ਼ਨ ਕਰਕੇ ਬੈਠੇ ਨੇ ਇਹਦਾ, ਆਪਰੇਸ਼ਨ ਸਰਜੀਕਲ ਦਾ ਕੰਮ ਤਾਂ ਸਾਰੇ ਇੰਨਾ ਸਪਰਟ ਹੁੰਦੇ ਨੇ, ਕਿਉਂ ਪਤਾ ਨਹੀਂ ਕਿਹੜੇ ਟਾਈਮ ਇਹਦਾ ਕਟੀ ਕਟਾ ਦੇ ਦੇਣਾ ਇਹਨਾਂ ਨੇ। ਮਸ਼ੀਨਾਂ ਹੀ ਐਡੀਆਂ ਕੁ ਤਗੜੀਆਂ ਨੇ, ਉਹੋ ਜਿਹੇ ਰੰਗ ਨੇ ਇਹਨਾਂ ਦੇ ਖੱਟੇ, ਉਹੋ ਜਿਹੇ ਕੰਮ ਨੇ ਇਹਨਾਂ ਦੇ ਖੱਟੇ। ਅਤੇ ਅੱਧੀ ਕਣਕ ਵਿੱਚ ਹੀ ਘੇਰ ਦਿੰਦੇ ਨੇ, ਵੱਢਦੇ ਹੀ ਨੇ। ਉਹੋ ਜਿਹੀਆਂ ਉੱਤੋਂ ਸਾਡੀਆਂ ਗੰਦੀਆਂ ਹਕੂਮਤਾਂ ਨੇ ਜਿਹੜੀਆਂ ਕਣਕ ਨੂੰ ਚੁੱਕਦੀਆਂ ਹੀ ਕਿਸੇ ਰੇਟ ਦੇ ਨਾਲ ਨਹੀਂ ਪਈਆਂ। ਜ਼ਿਮੀਂਦਾਰ ਤਾਂ ਜ਼ਲੀਲ ਹੋ ਗਿਆ, ਦੇਖੋ ਨੇਰਾ ਹੀ ਸਿੱਟਾ ਪਿਆਜ, ਕੀ ਬੰਦਾ ਕਰੇ ਜਿਹੋ ਜਿਹੀ ਵਾਮ ਉਹੋ ਜਿਹੇ ਹੁਕਮਰਾਨ, ਹੁਣ ਬੰਦਾ ਕੁਛ ਨਹੀਂ ਕਹਿ ਸਕਦਾ, ਬੜੀ ਜ਼ਲਾਲਤ ਹੈ। ਹੁਣ ਚੱਲਣੇ ਆਪਾਂ ਲਾਹੂ ਕੋਲੋਂ ਤਾਂ ਪਤਾ ਕਰ ਲਿਆ, ਤੀਸਰਾ ਘੋ ਪਿੱਛੇ ਲੱਗਾ ਹੋਇਆ ਬੜੀ ਦੂਰ, ਉਹਦੇ ਕੋਲ ਵੀ ਪੁੱਛ ਲੈਂਦੇ ਹਾਂ। ਇਹਨੇ ਤਾਂ ਕੱਲ੍ਹ ਦਾ ਟਾਈਮ ਦੇ ਦਿੱਤਾ, ਇਹ ਅੱਜ ਵੱਢ ਦਿੰਦਾ ਕੋਈ ਤਾਂ ਅੱਜ ਵਢਾ ਲੈਂਦੇ, ਅਤੇ ਦੇਖਦੇ ਹਾਂ। ਇਹ ਮੇਰੇ ਜਿਹੜਾ ਤੁਸੀਂ ਆਲੇ ਦੁਆਲੇ ਇਲਾਕਾ ਦੇਖਦੇ ਪਏ, ਇਹਨੂੰ ਕਿਹਾ ਜਾਂਦਾ ਰੱਕੜਾ, ਚਾਂਡਾ, ਕਕਿਆਲ, ਇਹ ਦਨਵਾਲ, ਇਹ ਸਾਰਾ ਹੀ ਇਹਨਾਂ ਦਾ ਰੱਕੜਾ ਹੈ। ਅਤੇ ਦੇਖ ਸਕਦੇ ਹੋ ਤੁਸੀਂ, ਇਹ ਸਾਰਾ ਹੀ ਰੱਕੜਾ ਹੈ, ਇਹ ਪਿਆਜ਼ ਆ, ਬਾਕੀ ਸਾਰੀ ਜ਼ਮੀਨ ਵੱਢੀ ਗਈ ਹੈ, ਇਹ ਰੱਕੜਾ ਰਹਿ ਗਿਆ ਹੋਇਆ। ਇਹ ਲੋਕ ਅੱਗੇ ਪਾ ਰਹੇ ਕੋਈ ਤੂੜੀ, ਕੋਈ ਕੁਛ ਲੱਦ ਰਿਹਾ, ਸਾਰਾ ਹੀ ਰੱਕੜਾ। ਹਰ ਪਾਸੇ ਯਾਰ ਤਪਦੀ ਧੁੱਪ, ਗਰਮ ਹਵਾ ਪੈਂਦੀ ਪਈ ਹੈ ਭਰਾਵੋ। ਕਣਕ ਜੇ ਸਾਡੀ ਕੋਈ 10 ਕਿੱਲੇ ਦਾ ਪਲਾਟ ਜੇ ਵਾਲਾ, ਅਤੇ ਹੁਣ ਇਹਨਾਂ ਲਾਇਆ ਵਾਢਿਆਂ ਨੂੰ, ਮੈਂ ਉੱਪਰਲੀ ਸਾਈਡ 'ਤੇ ਸੀ, ਉਹ ਇਹ ਰੇਤਲੇ ਪਾਸੇ ਲੱਗ ਪਏ ਨੇ, ਉਹਨਾਂ ਸਾਰਾ ਹੀ ਨਾ ਰੇਤਲੇ ਪਾਸਿਓਂ ਜਿਹੜੀ ਨਾ ਫਸਲ ਸਾਰੀ ਕੱਟ ਦਿੱਤੀ ਜੇ। ਉਹਨਾਂ ਨੂੰ ਮੈਂ ਆਖਿਆ ਉਹ ਪਰਲੀ ਸਾਈਡ ਤੋਂ ਵੱਢਿਓ, ਸਾਹਮਣੇ ਉਹ ਇਸ ਸਾਈਡ ਤੋਂ ਉਹ ਪਰਿਓਂ ਬਹਿ ਕੇ ਦੇਈਏ, ਠੀਕ ਹੈ ਜੀ। ਹੁਣ ਬੰਦਾ ਕੀ ਕਰੇ ਅਤੇ ਕੀ ਆਖੇ ਇਹਨਾਂ ਨੂੰ। ਹੁਣ ਭਰਾਓ ਇਹ ਪਾਣੀ ਕਹਿੰਦੇ ਪਏ ਲਿਆ ਕੇ ਦਿਓ, ਕਿਹੜੇ ਕਿਹੜੇ ਪਾਸੇ ਜਾਏ। ਪਾਣੀ ਦਿੱਤਾ 200 ਰੁਪਈਏ ਦੀ ਬੋਤਲ ਲੈ ਕੇ ਆਇਆ ਜੀ, ਅਤੇ ਖਰਚੇ ਹੀ ਖਰਚੇ ਨੇ। ਜ਼ਿਮੀਂਦਾਰ ਕੀ ਕਰੇ, ਮਸ਼ੀਨਾਂ ਵਾਲਿਆਂ ਮਗਰ ਜਾਏ, ਉਹ ਕੋਈ 8,000 ਕਿੱਲੇ ਦਾ ਸੁਣਾਉਂਦਾ ਅਤੇ ਕੋਈ 7,000 ਸੁਣਾਉਂਦਾ। ਰੋਡ 'ਤੇ ਚੜ ਜਾਏ ਉੱਧਰ ਵੀ ਚੋਰ, ਜੇ ਵਰਕਸ਼ਾਪ 'ਚ ਕਿਤੇ ਟਰੈਕਟਰ ਲਾਏ ਉੱਥੇ ਵੀ ਚੋਰ, ਜੇ ਬਿਜਲੀ ਦੇ ਬਿੱਲ ਲਾਏ ਨੇ ਉੱਥੇ ਵੀ ਟੈਕਸ ਚੋਰ। ਹਰ ਪਾਸੇ ਜ਼ਿਮੀਂਦਾਰ ਨੂੰ ਚੋਰ ਹੀ ਚੋਰ ਪਏ ਨੇ, ਖਾਦਾਂ ਵਾਲੇ ਪਾਸੇ ਚੋਰ, ਦਵਾਈਆਂ ਵਾਲੇ ਪਾਸੇ ਚੋਰ, ਕੀ ਕਰੇ ਜ਼ਿਮੀਂਦਾਰ ਦੱਸੋ ਮੈਨੂੰ। ਸਾਨੂੰ ਤਾਂ ਲੁੱਟ ਕੇ ਖਾੜਿਆ ਜ਼ਿਮੀਂਦਾਰਾਂ ਨੂੰ ਇਹਨਾਂ ਸਾਰੇ ਵਾਮ ਨੇ, ਚੋਰ ਹੀ ਚੋਰ ਪਏ ਨੇ। ਇੱਕ ਮਜਬੂਰ ਗਰੀਬ ਜ਼ਿਮੀਂਦਾਰ ਕਿਹਨੂੰ ਖਾਣਾ ਹੈ, ਵਿਚਾਰੇ ਦੀ ਕਣਕ ਆਉਣ ਅਤੇ ਉਹ ਵੀ ਖਾ ਲਈ ਹੈ ਲੋਕਾਂ ਨੇ। ਬਹੁਤ ਹੀ ਬੁਰੇ ਹਾਲਾਤ ਅਤੇ ਮੰਦੇ ਹਾਲਾਤ ਨੇ ਜ਼ਿਮੀਂਦਾਰਾਂ ਦੇ, ਰੱਬ ਹੀ ਰੱਖ। ਟਾਈਮ ਹੋ ਗਿਆ ਜੀ 2 ਦਾ, ਘਰ ਮਗਰੋਂ ਆਏ ਅਤੇ ਬੀਬੀਆਂ ਆਉਂਦੇ, ਰੌਲਾ ਪਾ ਲਿਆ, ਬੱਚਿਆਂ ਨੂੰ ਧੁੱਪ ਲੱਗ ਜਾਣੀ ਹੈ ਅਤੇ ਉਹਨਾਂ ਨੂੰ ਸਕੂਲੋਂ ਲੈ ਵੋ, ਤੁਰਦੇ ਨਹੀਂ ਆ ਸਕਦੇ। ਅਤੇ ਅਸੀਂ ਜਿਹੜੇ ਉੱਥੇ ਸਾਰਾ ਕੋਈ 10 ਕਿਲੋਮੀਟਰ ਪੈਦਲ ਹੀ ਗਰਮੀ 'ਚ ਸਾਰਾ ਰੱਕੜਾ ਅਤੇ ਚਾਂਡਾ ਕਕਿਆਲ ਫਿਰ ਕੇ ਆ, ਸਾਨੂੰ ਕੋਈ ਧੁੱਪ ਨਹੀਂ ਲੱਗੀ। ਹੁਣ ਚੱਲਿਆ ਬੱਚੇ ਲੈਣ ਜੀ, ਸਵੇਰ ਦੇ ਬੰਦੇ ਉੱਥੇ ਤੋੜੇ ਭਰਨ ਲਾਏ ਨੇ ਕਣਕ ਦੇ, ਉਹ ਵੀ ਸੁੱਟਣੇ ਨੇ, ਬੱਚੇ ਲਿਆ ਕੇ ਫਿਰ ਉਹਨੂੰ ਸੁੱਟਣੇ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਦੇਖੋ ਜੀ ਕੰਮ ਇੱਕ ਜਿਹੜਾ ਆਮ ਇਨਸਾਨ ਆ ਨਾ, ਘਰ ਉਹਦਾ ਕਿੰਨਾ ਕੁ ਹੈ, ਦੱਸਣਾ ਤੁਸੀਂ ਅੱਜ ਵੀਡੀਓ ਕੰਬਲ ਦੇਖ ਕੇ ਵੀ ਤੁਹਾਡਾ ਕੰਮ ਆਸਾਨ ਆ ਕਿ ਜਾਂ ਪਿੰਡਾਂ ਵਾਲਿਆਂ ਦਾ ਆਸਾਨ ਹੈ। ਪਹੁੰਚ ਗਏ ਜੀ ਬੱਚਿਆਂ ਨੂੰ ਸਕੂਲ ਲੈਣ, ਹੁਣ ਜੇ ਤੂੰ ਸਕੂਲ ਲੈਣਾ ਖਲੋਵੋ, ਆਉਣ ਕੇ ਅੱਧਾ ਘੰਟਾ ਛੁੱਟੀ ਹੁੰਦੀ ਹੈ, 10 ਮਿੰਟ ਦਾ, ਫਿਰ ਬੱਚੇ ਲਵਾਂਗੇ ਅਤੇ ਫਿਰ ਜਾਵਾਂਗੇ। ਹਾਂ
ਬੱਚਿਓ ਕੋ ਹੋ ਗਿਆ ਸਕੂਲ 'ਚ ਛੁੱਟੀ, ਤੋ ਮੈਂ ਤਾਂ ਸਾਰੇ ਪਹਿਲੇ ਖੜੇ ਹੋਣਗੇ, ਫਿਰ ਉਹ ਟੀਚਰ ਨੂੰ ਪਾਰਕ ਆਏ ਨੀ ਨਾ ਬਜ਼ਾਰੀ ਇੱਧਰ ਆ ਲੈ ਕੇ ਆਉਣ, ਫਿਰ ਜਲਦੀ ਜਲਦੀ ਚੱਲੀਏ। ਚਲੋ ਜੀ, ਇੱਕ ਸਾਹਿਬ ਆ ਗਿਆ। ਇਹ ਜੀ ਮੋਟਰਸਾਈਕਲ ਦੀ ਅਸੀਂ ਲਈ ਜੀ ਬੱਚਿਆਂ ਦੀ ਲੱਤ, ਲੱਤ ਸਾਰੇ ਪੈ ਗਏ ਜੇ, ਛੁੱਟੀ ਹੋ ਗਈ ਸਾਡਾ ਕੰਮ ਤੇ ਸਾਨੂੰ ਧੁੱਪ ਨਹੀਂ ਲੱਗਦੀ। ਇਹਨਾਂ ਨੂੰ ਘਰ ਛੱਡਣਾ, ਫਿਰ ਆਮ ਘਿਓ ਦਾਣੇ ਭਰੇ ਦੇ ਭੇਜ ਆਣ ਕੇ ਸਾਰੇ ਤੋੜੇ ਸੁੱਟਣੇ ਨੇ ਅੰਦਰ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਇਹੀ ਕੰਮ ਹੀ ਹੈ, ਚੱਲ ਸੋ ਚੱਲ ਚੱਲ ਸੋ ਚੱਲ ਚੱਲੀ। ਹੈਲੋ ਜੀ, ਬੱਚੇ ਤਾਂ ਸਕੂਲੋਂ ਲੈ ਆਉਂਦੇ ਜੀ, ਜੇ ਦਿਨ ਨਹੀਂ ਚੜ੍ਹਦਾ ਤਾਂ ਸਵੇਰੇ ਸਵੇਰੇ ਰੌਲਾ ਪੈ ਜਾਂਦਾ, ਡੰਗਰਾਂ ਨੂੰ ਪੱਠੇ ਪਾ ਲਓ, ਡੰਗਰਾਂ ਨੂੰ ਪੱਠੇ ਪਾ ਲਓ। ਸਵੇਰੇ ਸਵੇਰੇ ਪੱਠੇ ਪਾਉਣੇ, ਨਾਲੇ 'ਚ ਜੇ ਕਰਾਮ ਨੇ ਜਾਣਾ ਵੱਢ ਲੈਣੇ ਨੇ, ਉਹਦੇ ਨਾਲ ਹੈ ਪੱਠਿਆਂ ਦੀ ਲੱਦ ਰੇੜੇ 'ਤੇ ਲਦਾਉਣੀ ਹੈ, ਲਦਾ ਕੇ ਲੈਣੀ ਹੈ, ਫਿਰ ਉੱਨੀ ਦੇਰ ਨੂੰ ਹਜੇ ਆਪਣਾ ਨਾਸ਼ਤਾ ਨੂਸ਼ਤਾ ਹੀ ਕਰਨਾ ਜੀ। ਡੰਗਰ ਬੰਨ ਲਓ, ਧੁੱਪ ਚੜ੍ਹ ਗਈ ਜਾਣਾ ਨੂੰ ਜੀ, ਛਾਵੇਂ ਬੰਨੋ ਇਹਨਾਂ ਨੂੰ, ਛਾਵੇਂ ਬੰਨਣਾ ਜੀ। ਕੋਈ ਇੱਕ ਸਿਆਪਾ ਇੱਥੇ, ਬੜੇ ਸਿਆਪੇ ਨੇ ਇੱਥੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਕੰਮ ਹੀ ਗਿਣਨ ਲੱਗੇ ਨਾ ਤਾਂ ਦਿਹਾੜੀ ਲੰਘ ਜਾਂਦੀ ਹੈ, ਕਿੰਨੇ ਕੁ ਕੰਮ ਹੁੰਦੇ ਨੇ। ਹੋਰ ਕਹਿਣਾ ਕੀ ਆ, ਕੀਤਾ ਕੀ ਆ ਤੁਸੀਂ ਇੱਥੇ? ਚੱਲ ਯਾਰ ਚੌਧਰੀ, ਚੁਕਾ ਤੋੜਾ, ਫਿਰ ਚੁਕਾਉਣਾ ਤਾਂ ਹੈ ਹੀ ਆ, ਚੁੱਕੇਗਾ ਚੁਕਾਏਗਾ। ਚੌਧਰੀ ਵੀ ਕਹਿੰਦਾ ਚੁਕਾਵਾਂ ਜੀ, ਕੀ ਕਰਨਾ, 50 ਕਿਲੋ ਦਾ 40 ਕਿਲੋ ਦਾ ਤੋੜਾ ਚੁੱਕਣਾ ਤਾਂ ਹੈ ਹੀ ਆ। ਫਿਰ ਚੱਲ ਚੌਧਰੀ ਮੁੰਡੇ ਦੇ ਸਟਾਫ, ਚੱਲ ਗਏ ਜੀ। ਫਿਰ ਕੀ ਕਰਨਾ ਹੁਣ, ਫਿਰ ਜੱਟ ਰਾਜ ਪੂ ਤੋਂ ਇਹ ਕੰਮ ਤਾਂ ਕਰਨਾ ਹੀ ਪੈਂਦਾ ਜੀ, ਫਿਰ ਤੋੜੇ ਚੁੱਕਣੇ ਹੀ ਪੈਂਦੇ, ਲਾਉਣੇ ਵੀ ਪੈਂਦੇ ਜੀ। ਗੋਦਾਮ ਦਿਖਾਈਏ ਤੁਹਾਨੂੰ ਜੀ ਅੰਦਰੋਂ, ਇਹ ਪਹਿਲੇ ਵੀ ਜੀ ਤੋਰੀ ਲਾਈ ਦੀ ਹੈ, ਅੰਦਰ ਲੈਟ ਤਾਂ ਹੈ ਨਹੀਂ, ਇਹ ਉੱਤੇ ਰੋਸ਼ਨਦਾਨ ਰੱਖਿਆ। ਗੋਦਾਮ ਤਾਂ ਮਾਸ਼ਾਅੱਲਾ ਕਾਫੀ ਵੱਡਾ, ਇਹਦੇ ਵਿੱਚ ਅਸੀਂ ਸਟੋਰ ਕਰ ਸਕਦੇ ਹਾਂ। ਇਹ ਸੋਚਿਆ ਇੱਕ ਦੁਕਾਨ ਦਕੂਨ ਬਣਾਵਾਂਗੇ, ਰੈਕਿੰਗ ਕਰਾਈ ਤਾਂ ਕੁਛ ਵੀ ਨਹੀਂ ਜੀ, ਆਖਰੀ ਤੋਰਾ ਰਹਿ ਗਿਆ ਇਹ, ਅਤੇ ਹਾਲ ਦੇਖ ਲਓ ਕੀ ਬਣ ਗਿਆ, ਹਾਲਤ ਦੇਖ ਲਓ ਕੀ ਹੋ ਗਈ ਆ, ਆਖਰੀ ਤੋੜਾ ਅਤੇ ਬਹੁਤ ਹੀ ਮੁਸ਼ਕਿਲ ਕੰਮ ਆ, ਬਹੁਤ ਗਰਮੀ ਆ, ਬਹੁਤ ਹੀ ਮੁਸ਼ਕਿਲ ਆ। ਕਿਉਂ ਚੌਧਰੀ? ਇਹ ਹੁਣ ਜੀ ਅਸੀਂ ਕਣਕ ਸੁੱਟ ਕੇ ਆਏ ਸੀ ਜੀ, ਆਣ ਕੇ ਆ ਡੰਗਰਾਂ ਨੂੰ ਪੱਠੇ ਪਾਏ ਜੇ, ਗਾਵਾਂ ਨੂੰ ਵੀ ਮੈਂ ਨਹੀਂ ਬੰਨਿਆ ਰੇੜਾ, ਪੱਠਿਆਂ ਦਾ ਦੱਕ ਉਤਰਿਆ ਜੇ, ਚਾਰਾ ਪਾ ਕੇ ਤੋਂ ਜਿਹੜਾ ਮਿੱਟੀ ਦਾ ਠੇਕਾ ਲਿਆ ਸੀ ਉੱਧਰ ਚੱਲੇ ਜੇ, ਦੇਖਣ ਮਿੱਟੀ ਪਾਉਂਦੇ ਵੀ ਸਹਿਮ ਵੱਲ ਦੇਖੀਏ, ਜਿਹੜਾ ਗਾਦੀ 'ਤੇ ਭਰਨ ਲੱਗੇ ਦਾ ਸੀ ਕੀ ਬਣਾਇਆ ਉਹਨਾਂ ਨੇ, ਇਹ ਵੀ ਦੇਖਦੇ ਹਾਂ। ਇਹ ਸਾਡਾ ਜਿਹੜਾ ਕੰਮ ਨਾ, ਡੇਲੀ ਦੀ ਰੂਟੀਨ ਤੁਹਾਨੂੰ ਦੱਸਣੇ ਪਏ ਹਾਂ ਅਸੀਂ, ਕਿੱਡਾ ਕਿਸਾਨ ਕੰਮ ਆ ਪਿੰਡਾਂ ਦੇ ਵਿੱਚ ਜ਼ਿਮੀਂਦਾਰਾਂ ਦਾ। ਚੱਲਦੇ ਹਾਂ ਠੇਕੇ ਵੱਲ ਅਤੇ ਵੇਖਦੇ ਹਾਂ ਚੱਲ ਕੇ। ਹੈਲੋ ਜੀ, ਸੈਮ ਦੀ ਹੋ ਗਈ ਜੀ ਗੱਡੀ ਸਟਾਰਟ, ਹੁਣ ਸਾਨੂੰ ਖਿੱਚ ਕੇ ਜੀ ਠੇਕਾ ਲਿਆ ਸੀ ਅਤੇ ਸੋਚਿਆ ਸੀ ਕਿ ਰੁਪਈਆ 10,000 ਬਚ ਜਾਏਗਾ ਵਿੱਚੋਂ, ਮਿੱਟੀ ਸੁੱਟਣੀ ਭਰਨੀ ਉਹਨਾਂ ਲਿਆਉਣੀ, ਲੇਕਿਨ ਮੈਨੂੰ ਨਹੀਂ ਉਮੀਦ ਕਿ ਪੱਲਿਓਂ ਵੀ ਕੋਈ 20,000 ਪਾ ਕੇ ਜਾਣ ਛੋੜ ਜੇ। ਉਹ ਸਹਿਮ ਦੀ ਆਵਾਜ਼ ਨਹੀਂ ਨਿਕਲਦੀ ਵੀ ਸਾਰੇ ਸਹਿਮ ਨੇ ਇੱਥੇ ਪਾਉਣੇ ਵਾਲੇ ਵੀ ਅਤੇ ਪਾਉਣੇ ਵਾਲੇ ਵੀ, ਕੀ ਕਰਨਾ ਪਿੰਡਾਂ ਦੇ ਦੇਹ ਲਾ ਦਈਏ ਜੀ, ਕਿਉਂਕਿ ਯਾਰ ਪਿੰਡਾਂ 'ਚ ਬੜੀਆਂ ਮੌਜਾਂ ਨੇ, ਪਿੰਡਾਂ 'ਚ ਬੜੀਆਂ ਮੌਜਾਂ, ਤੁਹਾਨੂੰ ਪਤਾ ਲੱਗਿਆ ਕਿੰਨੀਆਂ ਕੁ ਮੌਜਾਂ ਨੇ ਪਿੰਡਾਂ 'ਚ। ਕੀ ਕਰਨਾ ਦੇਖੋ ਜੀ, ਕਿਤੇ ਬੰਦਾ ਠੇਕਾ ਲੱਲ ਵੀ ਲੇ ਤੇ, ਸਾਰੇ ਹੀ ਸਹਿਮ ਐਮ ਮੌਲਵੀ ਸਾਹਿਬ ਹੋਰ ਵੀ ਧੱਕਾ ਸਟਾਰਟ ਜੇ, ਹਿਸਾਬ ਲਓ ਕੀ ਮਿੱਟੀ ਪੱਧਰੀ ਕਰਨੀ ਆ। ਲੈ ਲਓ ਜੀ, ਬਸ ਦਿਓ ਥੱਲੇ ਨੂੰ, ਸਾਰੇ ਹੀ ਸਹਿਮ।
ਉਹ ਬਈ ਸੈਮ ਆਉਂ ਝਾਂਤੀਆਂ ਮਾਰਦਾ ਪੈਂ, ਜੇ ਬਾਂਦਰ ਨਹੀਂ ਮਾਰਦਾ ਉਹ ਜੰਗਲੇ ਚ ਦੀ ਬਾਹਰ। ਸੈਮ ਸੈਮ ਇਹ 1,20,000 ਦਾ ਠੇਕਾ ਲਿਆ ਜੇ, 7 ਮਰਲੇ ਜਗ੍ਹਾ ਜੇ, 5 ਫੁੱਟ ਭਰਨੀ ਜੇ, ਤੇ ਘਰ ਵਾਲਾ ਦੇਖਿਆ ਜਾਂ ਲਾਲ ਸੂਟ ਵਾਲਾ ਖਲੋਤੇ ਦਾ, ਇਹ ਕਿਹੜਾ ਕਲਰ ਹੈ ਜੀ? ਆਹੋ ਗੋਲਡਨ ਸੂਟ ਪਾਇਆ ਤੇ ਆਵਾਜ਼ ਹੀ ਨਹੀਂ ਗਰੀਬ ਦੀ ਨਿਕਲਦੀ ਪਈ। 1,20,000 ਜੇ ਪਤਾ ਨਹੀਂ ਕਿਹੜੀ ਕੋਈ ਰਕਮ ਸਾਨੂੰ ਦੇਖ ਲਈ ਇਹਨੇ, ਤੇ 70 ਟਰਾਲੀਆਂ ਪਾਹਣੀਆਂ ਇਹਦੇ ਅੱਗੇ ਪੈਣੀ ਜੇ। ਹਿਸਾਬ ਲਾ ਉਹੋ ਜੇ ਅਸੀਂ ਫੁੱਦੂ ਤੇ ਉਹੋ ਜੇ ਉਹ ਫੁੱਦੂ ਪਾਣੇ ਵਾਲੇ, ਇਹ ਤੇ ਕੰਮ ਜੇ ਜੀ ਇੱਥੇ। ਇਹ ਪੇਂਡੂ ਬੱਚੇ ਮੋਲ ਵੀ ਕਿੱਡਾ ਖੁਸ਼ ਹੋ ਰਿਹਾ, ਇਹ ਟਰਾਲੀ ਮੈਨੂੰ ਥੱਲੇ ਹੋਣੀ ਧੱਕਣੀ ਪਈ, ਆਪਣੇ ਆਪ ਹੀ ਆ ਗਈ ਆ ਉੱਤੇ, ਕਿੱਡਾ ਖੁਸ਼ ਬੈਠੇ ਦਾ। ਤੇਰੇ ਗਲੇ ਨੂੰ ਕੀ ਹੋਇਆ ਹੈ? ਇਹ ਵੀ ਸੈਮ ਹੀ ਜੇ, ਸੈਮ ਨੀ ਰਾ ਸੈਮ, ਬੋਲ ਸਹੀ ਨਾਲ ਗੁੰਗਾ ਵੀ ਹੈ। ਓਹੀ ਆ ਗਈ ਦੀ, ਓਹੀ ਮੌਲਵੀ ਨੇ ਖਿੱਚ ਲਿਆਂਦੀ ਟਰਾਲੀ ਵੀ। ਮੌਲਵੀ ਜ਼ਿੰਦਾਬਾਦ ਜੀ, ਆ ਮੌਲਵੀ ਜੀ, ਆ ਮੌਲਵੀ। ਉਹ ਗੱਡੀ ਪਿਛਾ ਕਰੋ ਭਰਲੀ, ਪਹਿਲੀ ਟਰਾਲੀ ਉੱਤੇ ਚਾੜੀ ਆ ਕਲੈਣ ਆ, ਤੇ ਉਹ ਵੀ ਪਰਾਂ ਨੂੰ ਬਾਲ ਛੜੀ ਆ, ਕੰਮ ਕੋਈ ਸਿੱਧੇ ਵਾਲਾ ਹੀ ਨਹੀਂ, ਸਾਰੇ ਹੀ ਸਹਿਮ ਜੇ ਜੀ। ਇਹ ਠੇਕਾ ਲਏਦਾ ਜੇ ਕੋਈ 1,25,000 ਦਾ, ਤੇ ਬੰਦੇ ਦਾ ਮੂੰਹ ਦੇਖੋ, ਤੇ ਕੋਈ 70 ਟਰਾਲੀਆਂ ਮਿੱਟੀ ਪੈ ਗਈ ਆ ਇੱਥੇ, ਤੇ ਅਜੇ ਪੂਰਾ ਨਹੀਂ ਹੁੰਦਾ ਪਿਆ, ਹਰ ਬੰਦਾ ਹੀ ਤਾਂ ਕਹਿੰਦਾ ਹੈ ਝੂਠ ਹੀ ਹੋਏ। ਹੈਲੋ ਜੀ, ਕੀ ਗੱਲਾਂ ਨੇ।